ਵੈਲਕਮ ਟੂ ਦਿਸ ਐਪੀਸੋਡ ਆਫ ਦਾ ਹਰਪ੍ਰੀਤ ਸਿੰਘ ਸ਼ੋਅ। ਅੱਜ ਦੇ ਸੈਗਮੈਂਟ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਸ਼ਕਤੀ ਅਵਾਰਡਸ ਦੇ ਸੰਬੰਧ ਵਿੱਚ, ਜਿਹੜੇ ਕਿ ਹਰ ਸਾਲ ਇਸ ਦਾ ਆਯੋਜਨ ਕੀਤਾ ਜਾਂਦਾ ਹੈ, ਅਤੇ ਉਹ ਲੇਡੀਜ਼ ਜਿਹੜੇ ਕਿ ਜਾਂ ਬੱਚੀਆਂ ਜਿਸ ਵੀ ਕਿਸੇ ਫੀਲਡ ਵਿੱਚ ਐਕਸੈਲ ਕਰਦੀਆਂ ਨੇ ਉਹਨਾਂ ਨੂੰ ਇੱਥੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸੰਸਥਾ ਦੇ ਸੰਸਥਾਪਕ ਸੋਨੀਆ ਆਂਦੀ ਸਾਡੇ ਨਾਲ ਗੱਲਬਾਤ ਕਰਕੇ ਦੱਸਣਗੇ ਕਿ 9 ਮਾਰਚ ਨੂੰ ਜਿਹੜਾ ਇਹ ਪ੍ਰੋਗਰਾਮ ਹੋਣ ਜਾ ਰਿਹਾ ਹੈ, ਇਸ ਵਿੱਚ ਕੀ ਕੁਝ ਅਸੀਂ ਦੇਖ ਸਕਦੇ ਹਾਂ ਅਤੇ ਕਿਉਂ ਇਹ ਕਰਦੇ ਨੇ, ਅਤੇ ਇਸ ਦੇ ਨਾਲ ਕਿਹੜਾ ਇੰਪੈਕਟ ਪੈਂਦਾ ਹੈ ਖਾਸ ਤੌਰ ਉੱਤੇ ਜਿਹੜੇ ਸਾਡੀ ਲੇਡੀਜ਼ ਹੈਗੀਆਂ ਨੇ। ਇਸ ਬਾਰੇ ਇਹ ਵੀ ਤੁਹਾਨੂੰ ਦੱਸਣਾ ਚਾਹੁੰਦੇ ਕਿ ਨੋਮੀਨੇਸ਼ਨ ਜਿਹੜੀਆਂ ਨੇ 24 ਫਰਵਰੀ ਤੱਕ ਹੋਣਗੀਆਂ, ਯਾਨੀ ਕਿ ਹੁਣ ਤੋਂ ਲੈ ਕੇ ਤਦ ਤੱਕ ਤੁਸੀਂ ਕਿਸੇ ਨੂੰ ਵੀ ਨੋਮੀਨੇਟ ਜੇ ਕਰਨਾ ਚਾਹੋ ਕਰ ਸਕਦੇ ਹੋ। ਆਓ ਗੱਲਬਾਤ ਕਰਦੇ ਹਾਂ ਸੋਨੀਆ ਦੇ ਨਾਲ। ਵੈਲਕਮ ਟੂ ਪ੍ਰੋਗਰਾਮ। ਥੈਂਕ ਯੂ ਵੈਰੀ ਮੱਚ ਹਰਪ੍ਰੀਤ ਜੀ। ਥੈਂਕ ਯੂ। ਸ਼ਕਤੀ ਅਵਾਰਡ 17th ਈਅਰ, ਲੌਂਗ ਟਾਈਮ। ਯੈਸ। ਸੋ ਹਰ ਸਾਲ ਅਸੀਂ ਦੇਖ ਰਹੇ ਹਾਂ ਕਿ ਵੱਧ ਤੋਂ ਵੱਧ ਲੋਕ ਜੁੜ ਰਹੇ ਨੇ ਇਸ ਸੰਸਥਾ ਦੇ ਨਾਲ, ਕਿਉਂਕਿ ਖਾਸ ਤੌਰ ਉੱਤੇ ਅਸੀਂ ਦੇਖਦੇ ਹਾਂ ਕਮਿਊਨਿਟੀ 'ਚ ਕੋਈ ਐਸਾ ਹੋਰ ਇਵੈਂਟ ਨਹੀਂ ਹੁੰਦਾ ਜਿੱਥੇ ਕਿ ਲੇਡੀਜ਼ ਨੂੰ ਖਾਸ ਤੌਰ ਉੱਤੇ ਫੋਕਸ ਕਰਕੇ ਗੱਲਬਾਤ ਕੀਤੀ ਜਾਂਦੀ ਹੈ। ਬਿਲਕੁਲ। ਸੋ ਥੋੜ੍ਹਾ ਜਿਹਾ ਬਰੀਫਲੀ ਟੱਚ ਕਰ ਲਈਏ ਕਿ ਇਹਦਾ ਆਈਡੀਆ ਕਿਵੇਂ ਤੁਹਾਨੂੰ ਆਇਆ ਸੀ, ਅਤੇ ਹੁਣ ਤੱਕ ਦਾ ਜਿਹੜਾ 17 ਸਾਲਾਂ ਦਾ ਸਫ਼ਰ ਹੈ ਉਹ ਕਿਸ ਤਰ੍ਹਾਂ ਦਾ ਰਿਹਾ? ਹਰਪ੍ਰੀਤ ਜੀ, ਜਦ ਮੈਂ ਸ਼ਕਤੀ ਅਵਾਰਡ ਸਥਾਪਿਤ ਕੀਤੇ ਸਨ 2000 ਦੇ ਵਿੱਚ, ਉਸ ਟਾਈਮ ਜਾਂ ਉਸ ਤੋਂ ਪਹਿਲਾਂ ਅਤੇ ਹੁਣ ਵੀ ਮੈਂ ਔਰਤਾਂ ਦੇ ਨਾਲ ਕਾਫੀ ਕੰਮ ਕਰਦੀ ਹਾਂ ਐਜ਼ ਅ ਸੋਸ਼ਲ ਵਰਕਰ, ਕਿ ਖਾਸਕਰ ਔਰਤਾਂ ਜਿਨ੍ਹਾਂ ਦੇ ਨਾਲ ਡੋਮੈਸਟਿਕ ਵਾਇਲੈਂਸ ਦੀ ਸਿਚੁਏਸ਼ਨਸ ਹੁੰਦੀਆਂ, ਫੈਮਿਲੀ ਵਾਇਲੈਂਸ ਹੁੰਦਾ ਹੈ। ਸੋ ਉਸ ਟਾਈਮ ਹਰਪ੍ਰੀਤ ਜੀ, ਜ਼ਿਆਦਾਤਰ ਨਿਊਜ਼ ਦੇ ਵਿੱਚ ਕੀ ਆਉਂਦਾ ਸੀ, ਇੰਡੋ ਕਨੇਡੀਅਨ, ਉਸ ਟਾਈਮ ਵਾਜ਼ ਦ ਮੋਰ ਕਾਮਨਲੀ ਯੂਜ਼ ਟਰਮ, ਇੰਡੋ ਕਨੇਡੀਅਨ ਵੁਮੈਨ ਦੀ ਕਾਫੀ ਯੂ ਨੋ ਇੰਸੀਡੈਂਟਸ ਆਉਂਦੇ ਸੀ ਨਿਊਜ਼ ਦੇ ਵਿੱਚ, ਕਿ ਵੀ ਔਰਤਾਂ ਦੇ ਨਾਲ ਮਾਰ ਪਿਟਾਈ ਹੁੰਦੀ ਹੈ, ਕਾਫੀ ਡੈਥਸ, ਕਾਫੀ ਮਰਡਰਸ ਉਸ ਟਾਈਮ ਰਿਪੋਰਟ ਕੀਤੇ ਜਾ ਰਹੇ ਸੀ। ਐਂਡ ਦੈਟਸ ਆਲ ਵੀ ਵਰ ਹੀਅਰਿੰਗ, ਕਿ ਜੇ ਅਸੀਂ ਸਾਊਥ ਏਸ਼ੀਅਨ ਵੁਮੈਨ ਦੇ ਬਾਰੇ 'ਚ ਗੱਲ ਹੁੰਦੀ ਸੀ ਤਾਂ ਹਮੇਸ਼ਾ ਯੂ ਨੋ ਕਿ ਦੇ ਆਰ ਹੈਲਪਲੈਸ, ਸਟੀਰੀਓਟਾਈਪਿਕਲ, ਕਿ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਅਤਿਆਚਾਰ ਹੁੰਦਾ ਹੈ, ਵਿਚ ਵਾਜ ਟਰੂ ਟੂ ਸਮ ਐਕਸਟੈਂਟ। ਪਰ ਮੈਂ ਉਹ ਦਿਖਾਉਣਾ ਚਾਹੁੰਦੀ ਸੀ ਕਿ ਕਈ ਔਰਤਾਂ ਹੈ ਜਿਹੜੀ ਇਹਨਾਂ ਮੁਸ਼ਕਿਲਾਂ ਦੇ ਬਾਵਜੂਦ ਯੂ ਨੋ ਦੇ ਆਰ ਸਕਸੈਸਫੁਲ, ਐਂਡ ਸਕਸੈਸ ਨੂੰ ਵੀ ਅਸੀਂ ਕਿਸ ਤਰ੍ਹਾਂ ਡਿਫਾਈਨ ਕਰਦੇ ਹਾਂ। ਸਕਸੈਸ ਜ਼ਰੂਰੀ ਨਹੀਂ ਕਿ ਵੀ ਤੁਹਾਡਾ ਯੂ ਨੋ ਕਿ ਮੈਡਲ ਤੁਹਾਨੂੰ ਮਿਲਦਾ ਹੈ ਜਾਂ ਤੁਸੀਂ ਯੂ ਨੋ ਫਾਈਨੈਂਸ਼ਲੀ ਬਹੁਤ ਸਕਸੈਸਫੁਲ ਹੋ। ਕਈ ਵਾਰੀ ਤੁਸੀਂ ਜੇ ਆਪਣਾ ਘਰ ਚਲਾ ਰਹੇ ਹੋ ਅਤੇ ਬੱਚਿਆਂ ਦੀ ਦੇਖਭਾਲ ਕਰ ਰਹੇ ਹੋ, ਦੈਟ ਸਕਸੈਸ ਇਨ ਆਰ ਆਈਜ਼। ਸੋ ਮੈਂ ਉਸ ਚੀਜ਼ ਨੂੰ ਜ਼ਿਆਦਾ ਹਾਈਲਾਈਟ ਕਰਨਾ ਚਾਹੁੰਦੀ ਸੀ ਕਿ ਦੇ ਯੂ ਨੋ ਦੈਟਸ ਅ ਸਮਾਲ ਪਰਸੈਂਟੇਜ, ਕਿ ਜਿਹੜੀ ਔਰਤਾਂ ਦੇ ਨਾਲ ਇਹ ਹੋ ਰਿਹਾ ਹੈ ਅਤੇ ਮੁਸ਼ਕਿਲਾਂ ਆ ਰਹੀਆਂ ਉਹਨਾਂ ਨੂੰ, ਪਰ ਜਿਹੜੀ ਮੈਜੋਰਿਟੀ ਸਾਊਥ ਏਸ਼ੀਅਨ ਵੁਮੈਨ ਹੈ, ਦੇ ਵੈਰੀ ਰਿਜ਼ਿਲੀਅੰਟ, ਦੇ ਵੈਰੀ ਸਟਰੋਂਗ, ਅਤੇ ਉਹਨਾਂ ਦੀ ਸ਼ਕਤੀ ਨੂੰ ਮੈਂ ਦਰਸਾਉਣਾ ਚਾਹੁੰਦੀ ਸੀ। ਸੋ ਦੈਟਸ ਹਾਊ ਵੀ ਫਾਊਂਡ, ਦੈਟਸ ਹਾਊ ਆਈ ਫਾਊਂਡਡ ਦ ਸ਼ਕਤੀ ਅਵਾਰਡਸ। ਅਤੇ ਉਸ ਟਾਈਮ ਤੋਂ ਲੈ ਕੇ ਇਸ ਟਾਈਮ ਤੱਕ ਅਸੀਂ ਕੋਈ 120 ਤੋਂ ਉੱਪਰ ਔਰਤਾਂ ਨੂੰ ਸਨਮਾਨਿਤ ਕਰ ਚੁੱਕੇ ਹਾਂ, ਐਂਡ ਵੀ ਹੋਪ ਟੂ ਕੰਟੀਨਿਊ ਡੂਇੰਗ ਇਟ। ਦੈਟਸ ਵੰਡਰਫੁਲ। ਜਦੋਂ ਤੁਸੀਂ ਇਹ ਗੱਲ ਕਹੀ ਕਿ ਆਫਕੋਰਸ ਹਰ ਕਮਿਊਨਿਟੀ ਦੇ ਵਿੱਚ ਚੈਲੰਜਸ ਹੁੰਦੇ ਨੇ, ਪਰ ਨਾਲ ਕੁਝ ਅਚੀਵਮੈਂਟ ਜਿਹੜੀਆਂ ਖਾਸ ਤੌਰ 'ਤੇ ਸਾਡੀ ਲੇਡੀਜ਼ ਦੇ ਨੇ, ਉਹਨੂੰ ਤੁਸੀਂ ਦਰਸਾਉਂਦੇ ਹੋ, ਉਹਨਾਂ ਨੂੰ ਅੱਗੇ ਲੈ ਕੇ ਆਉਂਦੇ ਹੋ, ਨਾਟ ਓਨਲੀ ਕਿ ਬਈ ਕੋਈ ਨਾਮਵਰ ਹੀ ਲੋਕ ਹੋਣ, ਬਟ ਉਹ ਕੋਈ ਵੀ ਹੋਏ ਜਿਸਨੇ ਕਿ ਕੁਝ ਨਾ ਕੁਝ ਕੰਮ ਚੰਗਾ ਕੀਤਾ ਹੈਗਾ, ਜਿਸ ਤੋਂ ਕਿ ਹੋਰ ਇੰਸਪਾਇਰ ਹੋ ਸਕਦੇ ਨੇ। ਹੁਣ ਸਵਾਲ ਇਹ ਆਉਂਦਾ ਕਿ ਜਦੋਂ ਇਹ ਸਭ ਕੁਝ ਹੁੰਦਾ ਹੈ, ਉਹ ਆਉਂਦੇ ਨੇ ਸਟੇਜ 'ਤੇ, ਜਾਂਦੇ ਨੇ, ਕੁਝ ਬੋਲਦੇ ਨੇ, ਬਹੁਤ ਸਾਰੇ ਲੋਕ ਇੰਸਪਾਇਰ ਹੁੰਦੇ ਨੇ, ਬਟ ਫਰੋਮ ਯੋਰ ਪਰਸਪੈਕਟਿਵ, ਵਾਟ ਕਾਈਂਡ ਆਫ ਇੰਪੈਕਟ ਡਸ ਦੈਟ ਲੀਵ, ਸਪੈਸ਼ਲੀ ਔਨ ਦੋਜ਼ ਹੂ ਲੁੱਕ ਅਪਾਉਨ ਦੈਮ? ਸੋ ਇੰਪੈਕਟ ਆਈ ਥਿੰਕ ਸਾਰਿਆਂ 'ਤੇ ਇੰਪੈਕਟ ਬਹੁਤ ਹੁੰਦਾ ਹੈ। ਆਫਕੋਰਸ ਔਰਤਾਂ 'ਤੇ ਤਾਂ ਹੁੰਦਾ ਹੀ ਹੈ, ਕਿਉਂਕਿ ਇਟਸ ਇਸ ਦੀ ਸਥਾਪਨਾ ਉੱਦਾਂ ਵੀ ਅਸੀਂ ਇੰਟਰਨੈਸ਼ਨਲ ਵੁਮੈਨਸ ਡੇ ਨੂੰ ਮਨਾਉਣ ਲਈ ਕੀਤੇ ਸੀ। ਸੋ ਯੂ ਨੋ, ਸੋ ਐਵਰੀ ਮਾਰਚ, ਅਰਾਊਂਡ ਮਾਰਚ 8th, ਵੀ ਯੂ ਨੋ ਵੀ ਹੋਸਟ ਦੀ ਅਵਾਰਡਸ। ਸੋ ਦੈਟ ਵਾਜ਼ ਅਨਦਰ ਥਿੰਗ ਕਿ ਵੀ ਇੰਟਰਨੈਸ਼ਨਲ ਵੁਮੈਨਸ ਡੇ ਨੂੰ ਅਸੀਂ ਸੈਲੀਬ੍ਰੇਟ ਕਰੀਏ। ਸੋ ਆਫਕੋਰਸ ਔਰਤਾਂ ਲਈ ਇਹ ਇੰਪੈਕਟਫੁਲ ਹੈ, ਕਿਉਂਕਿ ਤੁਸੀਂ ਸੁਣਦੇ ਹੋ ਕਿਸੇ ਦੀ ਸਟੋਰੀ ਐਂਡ ਯੂ ਫਸਟ ਇਟ ਰੈਜ਼ੋਨੇਟਸ ਵਿਦ ਯੂ, ਕਿਉਂਕਿ ਕੁਛ ਨਾ ਕੁਛ ਤੁਹਾਡੀ ਸਟੋਰੀ ਦਾ ਹਿੱਸਾ ਉਸ ਔਰਤ ਦੀ ਲਾਈਫ ਦੇ ਵਿੱਚ ਹੁੰਦਾ ਹੈ। ਸੋ ਯੂ ਨੋ, ਸੋ ਦੈਟ ਰੈਜ਼ੋਨੇਟਸ ਵਿਦ ਯੂ। ਦੀ ਅਦਰ ਥਿੰਗ ਆਈ ਫਾਈਂਡ ਇਜ਼ ਕਿ ਕਿਉਂਕਿ ਸਾਡੀ ਜਿਹੜੀ ਇਵੈਂਟ ਹੈ, ਇਟਸ ਨੋਟ ਜਸਟ ਫੋਰ ਵੁਮੈਨ, ਆਦਮੀ ਆਉਂਦੇ ਹੈ, ਬੱਚੇ ਆਉਂਦੇ ਹੈ, ਉਹ ਇਸ ਚੀਜ਼ ਨੂੰ ਦੇਖਦੇ ਹੈ। ਅਤੇ ਕਈ ਵਾਰੀ ਸਾਨੂੰ ਅਹਿਸਾਸ ਨਹੀਂ ਹੁੰਦਾ, ਇਫ ਯੂ ਹੈਵਨਟ ਵਾਕਡ ਇਨ ਦੋਜ਼ ਸ਼ੂਜ਼, ਯੂ ਡੋਂਟ ਰੀਅਲਾਈਜ਼ ਕਿ ਔਰਤਾਂ ਨੂੰ ਕਿਸ ਤਰ੍ਹਾਂ ਦੀ ਮੁਸ਼ਕਿਲਾਂ ਆਉਂਦੀਆਂ, ਕਿਸ ਤਰ੍ਹਾਂ ਦੀ ਉਹਨਾਂ ਨੂੰ ਯੂ ਨੋ ਮੁਸੀਬਤਾਂ ਝੱਲਣ ਤੋਂ ਬਾਵਜੂਦ ਉਹ ਯੂ ਨੋ ਹਾਊ ਦੇ ਸਟੇ ਰਿਜ਼ੀਲੀਅੰਟ। ਸੋ ਆਈ ਥਿੰਕ ਦੀ ਇੰਪੈਕਟ ਇਜ਼ ਆਲਸ ਹੈਜ਼ ਆਲਸੋ ਬੀਨ ਔਨ ਮੈਨ, ਕਿ ਦੇ ਆਰ ਰੀਅਲਾਈਜ਼ਿੰਗ ਕਿ ਵਾਟ ਇਜ਼ ਹੈਪਨਿੰਗ ਅਰਾਊਂਡ ਦੈਮ ਇਨ ਦੇਅਰ ਫੈਮਿਲੀਜ਼ ਈਵਨ, ਅਤੇ ਉਸ ਉਹਦੇ ਨਾਲ ਯੂ ਨੋ ਉਹਨੂੰ ਉਸ ਤਰ੍ਹਾਂ ਉਹ ਕਿਸ ਤਰ੍ਹਾਂ ਚੈਲੰਜ ਕਰ ਸਕਦੇ ਹੈ ਅਤੇ ਚੇਂਜ ਕਰ ਸਕਦੇ ਹੈ। ਸੋ ਇਟ ਕ੍ਰੀਏਟਸ ਅ ਲੋਟ ਆਫ ਅਵੇਅਰਨੈਸ ਐਂਡ ਈਵਨ ਇਨ ਚਿਲਡਰਨ, ਯੂ ਨੋ ਦੇ ਸੀ ਕਿ ਦੈਟਸ ਟਰੂ, ਕਿ ਘਰ ਦੇ ਵਿੱਚ ਮੋਮ ਨੂੰ ਜਾਂ ਸਿਸਟਰ ਨੂੰ ਡਿਫਰੈਂਟਲੀ ਜੇ ਟ੍ਰੀਟ ਕੀਤਾ ਜਾਂਦਾ ਹੈ, ਵਾਟ ਕੈਨ ਆਈ ਡੂ ਅਬਾਊਟ ਇਟ? ਐਬਸੋਲੂਟਲੀ।
ਐਂਡ ਆਫਕੋਰਸ ਸੈਕਟਰੀ ਅਵਾਰਡਸ ਜਿਹੜੇ ਤੁਹਾਡੇ ਹੁੰਦੇ ਨੇ, ਕਲਮੀਨੇਸ਼ਨ ਹੁੰਦੀ ਹੈ ਈਅਰ ਰਾਊਂਡ ਜਿਹੜੇ ਤੁਹਾਡੇ ਈਵੈਂਟਸ ਚੱਲਦੇ ਰਹਿੰਦੇ ਨੇ, ਕੈਫੇ ਜਾਂ ਸੈਮੀਨਾਰਸ ਜਾਂ ਜਿਸ ਤਰੀਕੇ ਨਾਲ ਤੁਸੀਂ ਕਮਿਊਨਿਟੀ ਨੂੰ ਇਨਵੋਲਵ ਕਰਦੇ ਹੋ। ਸੋ ਹੁਣ 9 ਮਾਰਚ ਨੂੰ ਇਹ ਪ੍ਰੋਗਰਾਮ ਹੋ ਰਿਹਾ, ਕਿੰਨੇ ਤੁਸੀਂ ਉੱਥੇ ਅਵਾਰਡਸ ਜਿਹੜੇ ਨੇ, ਕਿਉਂਕਿ ਵੱਖਰੇ ਵੱਖਰੇ ਕੈਟੇਗਰੀਜ਼ ਤੁਸੀਂ ਅਵਾਰਡਸ ਰੱਖਦੇ ਹੋ, ਐਤਕੀ ਕਿੰਨੀ ਕੈਟੇਗਰੀਜ਼ ਨੇ ਅਤੇ ਉਹਦੇ ਵਾਸਤੇ ਨੋਮੀਨੇਸ਼ਨ ਦਾ ਕੀ ਪ੍ਰੋਸੈਸ ਹੈ? ਜੀ, ਸੋ 6 ਕੈਟੇਗਰੀਜ਼ ਹੈਗੀ ਸਾਡੀਆਂ। ਇੱਕ ਯੂ ਨੋ ਐਕਾਡੈਮਿਕ ਅਚੀਵਮੈਂਟ ਹੋ ਗਈ ਅਤੇ ਐਥਲੈਟਿਕ ਅਚੀਵਮੈਂਟ ਹੋ ਗਈ। ਐਕਾਡੈਮਿਕ ਦਾ ਮੈਂ ਇਹ ਕਹਿਣਾ ਚਾਹਾਂਗੀ ਕਿ ਇਟਸ ਨੋਟ ਜਸਟ ਫੋਰ ਅ ਸਟੂਡੈਂਟ, ਕਿਉਂਕਿ ਰੀਸੈਂਟਲੀ ਯੂ ਨੋ ਅਸੀਂ ਕਈ ਟੀਚਰਸ ਨੂੰ ਵੀ ਅਵਾਰਡ ਦਿੱਤੇ ਹਨ ਬਿਕਾਜ਼ ਦੇ ਹੈਵ ਬੀਨ ਡੂਇੰਗ ਅਮੇਜ਼ਿੰਗ ਵਰਕ। ਸੋ ਐਕਾਡੈਮਿਕ, ਐਥਲੈਟਿਕ, ਬਿਜ਼ਨਸ ਕੈਟੇਗਰੀ, ਕਮਿਊਨਿਟੀ ਸਰਵਿਸ ਜਾਂ ਵੋਲੰਟੀਅਰ, ਅਤੇ ਨਾਲ ਹੀ ਆਰਟਿਸਟਿਕ ਅਚੀਵਮੈਂਟ। ਅਤੇ ਇੱਕ ਨਵਾਂ ਅਵਾਰਡ ਅਸੀਂ ਕੋਈ 2-3 ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਉਹ ਹੈ ਰੈਜ਼ੀਲੀਅੰਸ ਅਵਾਰਡ। ਸੋ ਕਿਹਨੇ ਰੈਜ਼ੀਲੀਅੰਸ ਸਿਖਾਈ ਹੈ ਕਿਸੇ ਵੀ ਫੀਲਡ ਦੇ ਵਿੱਚ। ਸੋ ਹਰਪ੍ਰੀਤ ਜੀ, ਪਹਿਲਾਂ ਅਸੀਂ ਸਿਰਫ 5 ਜਾਂ 6 ਅਵਾਰਡਸ ਦਿੰਦੇ ਸੀ, ਨਾਓ ਵੀਵ ਐਕਸਪੈਂਡਡ ਇਟ ਟੂ 12 awards. Okay. In the sense ki 6 are nominated by the community. Tusi je nomination bhejna chahnde ho tusi bhej sakde ho. Te 6 assi saadi jehdi committee hai oh decide kardi hai, those are awards of excellence. Okay. So we look at women who have made an impact over the years. Right. Jinna nu assi role model keh sakde hai, trailblazer keh sakde hai, unna nu assi aap chun ke unna nu bhi assi, kyunki I think we want to highlight some of the women that have been doing amazing work over the years. Right. So February 24th is the last date for nominations. Absolutely. ਤੁਸੀਂ ਜਿਸ ਤਰ੍ਹਾਂ ਦੱਸਿਆ, ਨੋਮੀਨੇਸ਼ਨ ਲਈ ਕੋਈ ਵੈਬਸਾਈਟ ਹੈ ਜਾਂ ਕੋਈ ਫੋਨ ਨੰਬਰ ਕਰਕੇ ਕਿਸ ਤਰ੍ਹਾਂ ਨੋਮੀਨੇਟ ਕਰਨਾ? ਹਾਂਜੀ, ਤੁਸੀਂ shaktisociety.com ਤੇ ਜਾ ਸਕਦੇ ਹੋ। ਮੈਨੂੰ ਫੋਨ ਤੁਸੀਂ ਕਰ ਸਕਦੇ ਹੋ 6043078796, ਤੇ ਉਹਦਾ ਯੂ ਨੋ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਸਾਡਾ ਸ਼ਕਤੀ ਸੁਸਾਇਟੀ ਫੇਸਬੁੱਕ ਪੇਜ ਹੈ, ਉੱਥੇ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਨੋਮੀਨੇਸ਼ਨ ਫਾਰਮ ਹੈ, ਤਾਂ ਤੁਸੀਂ ਉਹਦੇ ਮੁਤਾਬਿਕ ਯੂ ਨੋ ਕੈਟੇਗਰੀ ਪਿੱਕ ਕਰਕੇ ਸਾਰੀ ਇਨਫੋਰਮੇਸ਼ਨ ਭੇਜ ਸਕਦੇ। ਬਟ shaktisociety.com ਦੇ ਉੱਤੇ ਜਾ ਕੇ ਸਾਰੀ ਇਨਫੋਰਮੇਸ਼ਨ ਮਿਲ ਸਕਦੀ। ਜੀ ਬਿਲਕੁਲ, ਬਹੁਤ ਧੰਨਵਾਦ ਜੀ ਇੱਥੇ ਆ ਕੇ ਸਾਡੇ ਦਰਸ਼ਕਾਂ ਨੂੰ ਦੱਸਣ ਲਈ, ਅਤੇ ਮੁਬਾਰਕਬਾਦ ਕਿ ਤੁਸੀਂ ਇਸ ਟ੍ਰੈਡੀਸ਼ਨ ਨੂੰ ਕੰਟੀਨਿਊ ਕਰ ਰਹੇ ਹੋ ਅਤੇ ਇੰਸਪਾਇਰ ਕਰ ਰਹੇ ਹੋ ਸਾਡੀਆਂ ਲੇਡੀਜ਼ ਨੂੰ, ਕਿਉਂਕਿ ਆਮ ਤੌਰ ਦੇ ਉੱਤੇ ਈਵਨ ਕੈਨੇਡਾ ਵਰਗੇ ਮੁਲਕ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ, ਸਟੈਟਿਸਟਿਕਸ ਜਿਹੜੇ ਨੇ ਉਹ ਕੁਝ ਹੋਰ ਹੀ ਪੁਆਇੰਟ ਆਊਟ ਕਰਦੇ ਨੇ। ਸੋ ਇਹੋ ਜਿਹੇ ਈਵੈਂਟਸ ਉਹਨਾਂ ਨੂੰ ਇੰਸਪਾਇਰ ਕਰਦੇ ਨੇ ਅਤੇ ਉਸ ਦੇ ਨਾਲ ਹੋਰ ਬਹੁਤ ਸਾਰੇ ਸਮਾਜ ਦੇ ਵਿੱਚ ਲੋਕ ਵੀ ਮੋਟੀਵੇਟ ਹੋ ਕੇ ਸਹੀ ਰਾਹ ਕਈ ਵਾਰ ਤੁਰ ਪੈਂਦੇ ਨੇ। ਸੋ ਕੰਗ੍ਰੈਚੁਲੇਸ਼ਨਸ ਐਂਡ ਬੈਸਟ ਵਿਸ਼ਸ। ਥੈਂਕ ਯੂ ਸੋ ਮਚ ਹਰਪ੍ਰੀਤ ਜੀ, ਆਈ ਆਲਸੋ ਵਾਂਟ ਟੂ ਥੈਂਕ ਯੂ ਫਾਰ ਯੋਰ ਕੰਟੀਨਿਊਡ ਸਪੋਰਟ। ਇੰਨੇ ਸਾਲਾਂ ਤੋਂ ਤੁਸੀਂ ਹੈਲਪ ਕਰ ਰਹੇ ਹੋ, ਸਾਡੀ ਸਪੋਰਟ ਕਰ ਰਹੇ ਹੋ, ਰੀਲੀ ਅਪਰੀਸ਼ੀਏਟ ਇਟ। ਥੈਂਕ ਯੂ।